ਜੇਕਰ ਤੁਸੀਂ ਕਿਸੇ ਵੀ ਸਪੋਰਟ ਦੇ ਨਾਲ ਜੁੜੇ ਹੋਏ ਹੋ ਅਤੇ ਓਮਨੀ ਨਿਊਜ਼ ਜਾਂ ਪੰਜਾਬੀ ਸਪੋਰਟਸ ਉੱਪਰ ਆਪਣੀ ਕਵਰੇਜ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ। ਹੁਣ ਚੱਲਦੇ ਹਾਂ ਹਮੇਸ਼ਾ ਦੀ ਤਰ੍ਹਾਂ ਵਰਲਡ ਜਿਮ, ਜਿੱਥੇ ਬਿੰਦੀ ਮੈਟ੍ਰਿਕਸ ਸਾਨੂੰ ਲੇਡੀਜ਼ ਸਪੈਸ਼ਲ ਫਿਟਨੈਸ ਟਿਪਸ ਦਿੰਦੇ ਹਨ। ਆਓ ਦੇਖਦੇ ਹਾਂ ਅੱਜ ਉਹ ਸਾਡੇ ਲਈ ਕੀ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਹਨ। ਅੱਜ ਦੇ ਫਿਟਨੈਸ ਫੋਰ ਲਾਈਫ ਦੇ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਮੇਰਾ ਨਾਮ ਹੈਗਾ ਬਿੰਦੀ ਅਤੇ ਅੱਜ ਮੈਂ ਤੁਹਾਡੇ ਨਾਲ ਫਿਰ ਦੋ ਮਸ਼ੀਨਾਂ ਦੀ ਐਕਸਰਸਾਈਜ਼ ਦੇਖੂੰਗੀ। ਜਿਹੜੀ ਮਸ਼ੀਨਸ ਆਪਾਂ ਯੂਜ਼ ਕਰਨੀਆਂ ਉਹ ਬੈਕ ਵਾਸਤੇ ਹੈਗੀਆਂ। ਪਹਿਲੀ ਹੈਗੀ ਆ ਲੈਟਸ ਪੁੱਲ ਡਾਊਨ, ਜੋ ਕਿ ਆਪਣੇ ਲੈਟਸ ਵਾਸਤੇ ਆਪਣੀ ਟੂਈ ਦੇ ਸਾਈਡਾਂ ਤੋਂ ਸਾਈਡਾਂ ਨੂੰ ਕੰਮ ਕਰਦੀਆਂ ਆ, ਆਪਾਂ ਨੂੰ ਵੀ ਸ਼ੇਪ ਬਣਾਉਣ ਦੇ ਵਿੱਚ ਮਦਦ ਕਰਦੀਆਂ। ਅਤੇ ਦੂਸਰੀ ਹੈਗੀ ਆ ਸੀਟਿਡ ਰੋ, ਜਿਹੜੀ ਆਪਣੇ ਟੂਈ ਦਾ ਪੂਰਾ ਪਿਛਲਾ ਪਾਸਾ ਵਰਕ ਕਰਦੀ ਆ, ਮਸਲ ਪਿੱਛੇ ਬਿਲਡ ਕਰਨ ਦੀ ਲਈ ਵਿੱਚ ਆਪਾਂ ਨੂੰ ਮਦਦ ਕਰਦੀ ਆ। ਇਹ ਹੈਗੀ ਆ ਕੇਬਲ ਦੇ ਨਾਲ। ਸੋ ਅਗੇਨ ਬਿਕੋਜ਼ ਆਪਾਂ ਕੇਬਲ ਨੂੰ ਖਿੱਚ ਰਹੇ ਹਾਂ, ਰਿਜ਼ਿਸਟੈਂਸ ਜ਼ਿਆਦਾ ਆ, ਸੋ ਭਾਰ ਤੁਸੀਂ ਇੰਨਾ ਨਹੀਂ ਉਠਾ ਸਕੋਗੇ ਜਿੰਨਾ ਆਮ ਜਾਂ ਹੋਰ ਮਸ਼ੀਨਾਂ ਦੇ ਵਿੱਚ ਉਠਾ ਸਕਦੇ ਹਾਂ। ਇਸ ਮਸ਼ੀਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਬਹਿਣਾ ਜਿਵੇਂ ਤੁਸੀਂ ਬੋਟ ਨੂੰ ਰੋ ਕਰ ਰਹੇ ਹਾਂ। ਸੋ ਲੱਤਾਂ ਨੂੰ ਬੈਂਡ ਕਰਦੇ ਹੋਏ ਹਾਂ, ਜ਼ਿਆਦਾ ਵੀ ਨਹੀਂ ਪਰ ਇੰਨਾ ਕੁ ਤਾਂ ਕਿ ਤੁਹਾਡੀ ਬਾਡੀ ਪਿੱਛੇ ਨੂੰ ਐਨ ਐਕਸਟੈਂਡ ਹੋ ਜਾਵੇ ਪਰ ਲੱਤਾਂ ਦੇ ਵਿੱਚ ਫਿਰ ਵੀ ਬੈਂਡ ਰਹੇ। ਬਾਹਾਂ ਨੂੰ ਮੂੰਹ ਨੂੰ ਐਕਸਟੈਂਡ ਕਰਕੇ ਤੁਸੀਂ ਬਾਰ ਨੂੰ ਫੜ ਲੈਣਾ ਆ ਅਤੇ ਆਪਣੀ ਟੂਈ ਦੇ ਨਾਲ ਖਿੱਚਦੇ ਹੋਏ ਹਾਂ ਆਪਣੀ ਅਪਰ ਬਾਡੀ ਨੂੰ ਸਿੱਧਾ ਲਿਆਵੋ ਅਤੇ ਫਿਰ ਛਾਤੀ ਨੂੰ ਬਾਹਰ ਕੱਢਦੇ ਹੋਏ ਹਾਂ ਤੁਸੀਂ ਬਾਰ ਨੂੰ ਖਿੱਚਣਾ ਆਪਦੇ ਵੱਲ ਤਕਰੀਬਨ ਤੁਹਾਡੇ ਬੈਲੀ ਬਟਨ ਦੇ ਨਜ਼ਦੀਕ। ਇਸ ਜਗ੍ਹਾ 'ਤੇ ਤੁਸੀਂ ਐਨ ਸਕੂਈਜ਼ ਕਰਨਾ, ਸ਼ੋਲਡਰ ਬਲੇਡਸ ਨੂੰ ਇਕੱਠੇ ਕਰਕੇ ਉਹਨਾਂ ਨੂੰ ਜ਼ੋਰ ਦੇ ਨਾਲ ਸਕੂਈਜ਼ ਕਰਨ ਦੀ ਕੋਸ਼ਿਸ਼ ਕਰਨੀ ਆ। ਫਿਰ ਬਾਰ ਨੂੰ ਛੱਡਣ ਦੇ ਲਈ ਪਹਿਲਾਂ ਆਪਦੀਆਂ ਬਾਹਾਂ ਨੂੰ ਰਿਲੀਜ਼ ਕਰੋ। ਜਦੋਂ ਬਾਹਾਂ ਮੂੰਹ ਨੂੰ ਆਉਣ ਲੱਗ ਗਈਆਂ ਅਤੇ ਤੁਹਾਡੀ ਟੂਈ ਦੇ ਵਿੱਚ ਸਟ੍ਰੈਚ ਹੋ ਗਈ ਅਤੇ ਵੇਟਸ ਨੇੜੇ ਆ ਗਈਆਂ ਮਸ਼ੀਨ ਦੇ, ਉਸ ਟਾਈਮ ਤੁਸੀਂ ਵਾਪਸ ਕੇਬਲ ਨੂੰ ਖਿੱਚਣਾ ਆ। ਜਦੋਂ ਮੂੰਹ ਨੂੰ ਆਉਣਾ ਆ ਤਾਂ ਪੂਰੇ ਧਿਆਨ ਦੇ ਨਾਲ ਇਹ ਯਾਦ ਰੱਖੋ ਕਿ ਤੁਹਾਡੀ ਛਾਤੀ ਨੂੰ ਹਮੇਸ਼ਾ ਉੱਪਰ ਰਹਿਣਾ ਚਾਹੀਦਾ ਆ। ਬਾਹਰ ਆਪਣੀ ਟੂਈ ਨੂੰ ਰਾਊਂਡ ਨਾ ਕਰੋ ਪਰ ਸਿੱਧੀ ਰੱਖੋ, ਛਾਤੀ ਨੂੰ ਬਾਹਰ ਰੱਖੋ ਅਤੇ ਪੂਰੇ ਕੰਟਰੋਲ ਦੇ ਨਾਲ ਮੂੰਹ ਨੂੰ ਆਵੋ। ਜਦੋਂ ਵੇਟਸ ਨੇੜੇ ਆ ਗਈਆਂ ਇੱਕ ਦੂਜੇ ਦੇ ਅਤੇ ਫਿਰ ਦੂਸਰੇ ਰੈਪੀਟੇਸ਼ਨ ਦੇ ਵਾਸਤੇ ਤੁਸੀਂ ਫਿਰ ਕੇਬਲ ਨੂੰ ਖਿੱਚਣਾ ਆ ਆਪਣੀ ਟੂਈ ਦੇ ਨਾਲ ਅਤੇ ਇਸੇ ਤਰ੍ਹਾਂ ਮੂਵ ਨੂੰ ਸਾਰੇ ਸਟੈਪਸ ਨੂੰ ਤੁਸੀਂ ਰਿਪੀਟ ਕਰਨਾ ਆ। ਸੋ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਟੂਈ ਨੂੰ ਜ਼ਿਆਦਾ ਪਿੱਛੇ ਨੂੰ ਨਾ ਲਿਆਵੋ। ਅਗੇਨ 90 ਡਿਗਰੀਜ਼ ਤੋਂ ਥੋੜ੍ਹਾ ਜਿਹਾ ਪਿੱਛੇ ਠੀਕ ਆ ਪਰ ਪਿੱਛੇ ਨੂੰ ਲੰਮੇ ਪੈਣ ਦੀ ਕੋਸ਼ਿਸ਼ ਨਹੀਂ ਕਰਨੀ, ਜ਼ਿਆਦਾ ਐਕਸਟੈਂਡ ਨਹੀਂ ਕਰਨਾ ਬਿਕੋਜ਼ ਤੁਸੀਂ ਮੰਗਦੇ ਹਾਂ ਵੀ ਸਿਰਫ ਤੁਹਾਡੀ ਟੂਈ ਕੰਮ ਕਰੇ ਅਤੇ ਤੁਸੀਂ ਹੋਰ ਬਾਡੀ ਪਾਰਟਸ ਦੇ ਨਾਲ ਚੀਟਿੰਗ ਨਾ ਕਰੋ। ਸੋ ਇਸੇ ਤਰ੍ਹਾਂ ਰੈਪੀਟੇਸ਼ਨਸ ਤੁਸੀਂ ਅਗੇਨ ਜੇ ਤਾਂ ਪਾਰਾ ਵੇਟ ਉਠਾ ਰਹੇ ਹਾਂ ਤਾਂ 8 ਜਾਂ 10 ਕਾਫੀ ਹੈਗੇ ਨੇ ਅਤੇ ਜੇ ਤੁਸੀਂ ਥੋੜ੍ਹਾ ਜਿਹਾ ਹਲਕਾ ਵੇਟ ਚੁੱਕ ਰਹੇ ਹਾਂ ਤਾਂ 12 ਜਾਂ 15 ਰੈਪੀਟੇਸ਼ਨਸ ਇਸ ਐਕਸਰਸਾਈਜ਼ ਲਈ ਕਾਫੀ ਹੈਗੇ ਨੇ ਅਤੇ ਇਸੇ ਤਰ੍ਹਾਂ 3 ਜਾਂ 4 ਸੈੱਟ ਤੁਹਾਡੇ ਲਈ ਠੀਕ ਆ। ਸੋ ਇਹ ਦੋਵੇਂ ਐਕਸਰਸਾਈਜ਼ ਟੂਈ ਵਾਸਤੇ ਬਹੁਤ ਹੀ ਚੰਗੀਆਂ ਹੈਗੀਆਂ ਨੇ। ਨੈਕਸਟ ਟਾਈਮ ਤੁਹਾਡੇ ਬੈਕ ਵਾਲੇ ਦਿਨ ਸ਼ਾਇਦ ਤੁਸੀਂ ਜਿਮ ਦੇ ਵਿੱਚ ਇਹ ਟਰਾਈ ਕਰੋਗੇ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਕੁਛ ਨਵੀਆਂ ਮਸ਼ੀਨਸ ਦੇ ਨਾਲ। ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਹੈਲਥ। ਪੰਜਾਬੀ ਸਪੋਰਟਸ ਦਾ ਸਾਡਾ ਅੱਜ ਦਾ ਸਫ਼ਰ ਇੱਥੇ ਖਤਮ ਹੁੰਦਾ ਹੈ। ਤੁਸੀਂ ਸਾਨੂੰ punjabisports.com, ਫੇਸਬੁੱਕ ਅਤੇ ਯੂਟਿਊਬ 'ਤੇ ਜਾ ਕੇ ਫੋਲੋ ਕਰ ਸਕਦੇ ਹੋ। ਕੋਈ ਵੀ ਫੀਡਬੈਕ ਦੇਣੀ ਹੋਵੇ ਤਾਂ ਸਾਨੂੰ ਫੋਨ ਜਾਂ ਈਮੇਲ ਵੀ ਕਰ ਸਕਦੇ ਹੋ। I'll leave you on a last note that water is the only drink for a wise man. I'm your host, Puneet, with more sports updates. I will see you next week.